मिनटा च अगले ने खड़ा करता भाई। फिट फुट करे फिर हम देख दिया थले लिया उ चल गए ठीक है ना। नींद पूरी हुई है देख ली। नींद तो नहीं होनी बड़ी देरी पूरी घंटे का काम नहीं होना सारा दा सारा अपना नहीं गा कुर्सियां तो बिना सहन नहीं करने ना जिनी देर समान पूरा नहीं आता आप सहन नहीं करा गे तो भाई इदा नहीं होनी पैक नहीं चेयर चेयर नहीं अच्छा सारा कुछ फिक्स ही कर दो ये भी गल सही है ये आनी है चेयर जिन्हें असं ब्याह करना बट इना जगह तो लिया फायदा हो जाता अगले टाइम सर आने लिया के जमा फिट करके थोनू करो दे जो खोलता उन्होंने बेड पाने ना पूरा मुकम्मल हजे नहीं सर लगू 15 तरीक तक बर्थडे तो पहला आ गया फिर बड़ा गिफ्ट थोनू इना दिन हजे असी हजे तक सेट नहीं किया समान सारा ये भी जा तो हम सटिया जाऊगा यह जा किसी खल खुंजे च लग जूगा बट इत नहीं लगूगा एंट्रेंस से अभी साड़ी अलमीरा नहीं आई ओ करके सारा गाह पिया है घंट ना मेरा कहन का भी आह गत्ते जे निके निके जे नट ला के ऐ जे करके घसे जाते खड़ जाते कैबिनेट बन जाता बैड बन जाता ये चीज एक नट ना इंडिया इंडिया च नहीं खड़ा सकता मौसम चढ़नी है सलाब चढ़ना लकड़ी है सियोंक लगनी है सारी चीजा कंपेयर करने पे फिर ये बनाई मूवेबल आ मतलब डिस्ट्रॉय सुट दो जान लगे छड़ दो तुम तेन दुख नहीं लगना इन्हों छड़ के जान लगे क्योंकि रुपया उन्ना का नहीं रुपया तो लग जाता हर बार छड़ के तो तुरदे यार सारा समान मैट्रस अपने नहीं मैट्रस का बहुत घंट सी महंगा वाला मेन समान असि छड़े कारपेट छड़े खराब होया पिया
ਇਹ ਤੇ ਤਾਂ ਹੋਣਾ ਨਹੀਂ ਠੀਕ ਹੈ, ਗਰੰਟੀ ਆ। ਇਹ ਹੁਣ ਸੁੱਟੇਂਗਾ ਜੀ ਤੂੰ। ਹਾਲਾਂਕਿ ਯਾਰ ਜਿੰਨੇ ਕੁ ਮੈਂ ਠੀਕ ਕਰਾ ਕੇ ਪੈਸੇ ਲੱਗਣਗੇ ਉਨੇ ਨਵੇਂ ਪਾ ਕੇ ਮੈਂ ਫਰੈਸ਼ ਚੀਜ਼ ਨਹੀਂ ਆ ਜਾਊਗੀ। ਨਹੀਂ ਆਪਾਂ ਮੈਂ ਉਹਨੂੰ ਅਲੀ ਨੂੰ ਕਿਹਾ ਸੀਗਾ, ਅਲੀ ਨੂੰ ਦੁਬਾਰਾ ਮੈਸੇਜ ਕਰਦਾ, ਇਹਨਾਂ ਦੀ ਇਲੈਕਟ੍ਰੀਸ਼ਨ ਜਦੋਂ ਆਊਗਾ ਤਾਂ ਕਰਵਾ ਲਾਂਗੇ। ਅੱਜ ਕੱਲ੍ਹ ਅੰਕਲ ਵੀ ਨਹੀਂ ਆਪਣੇ ਕੰਮ ਕਰਦਾ ਪਿਆ, ਬੰਦਾ ਨਹੀਂ ਲੱਭ ਰਿਹਾ। ਅੰਕਲ ਵਿਚਾਰਾ ਆਪਦੇ ਕੰਮ ਘੱਟ ਗਿਆ ਨਾ ਉਹ ਤਾਂ। ਮਿੰਟਾਂ ਚ ਅਗਲੇ ਨੇ ਖੜਾ ਕਰਤਾ ਬਾਈ। ਚੱਕ ਕੈਬਨਿਟ ਡੋਰ ਲੱਗ ਗਿਆ ਹੁਣ, ਉਹ ਡੋਰ ਲੱਗ ਗਿਆ ਨਾ। ਆਹ ਤਾਂ ਸਾਡੀ ਟਰਾਲੀ ਆ ਪਿੱਛੇ ਸਮਾਨ ਢੋਣ ਵਾਲੀ। ਯਾਰ ਅਸੀਂ ਆਹ ਆਹ ਲਿਆਂਦਾ ਸੀ ਪ੍ਰੈਸ ਕਰਨ ਨੂੰ ਸਟੈਂਡ, ਇਹ ਏਡਾ ਕੀ ਰਹਿ ਗਿਆ, ਇਹ ਬਾਹਲਾ ਨਿੱਕਾ ਰਹਿ ਗਿਆ ਯਾਰ। ਬਾਕੀ ਵੀ ਵੱਡਾ ਇਹਦੇ ਮੂਹਰੇ। ਲਫਾਫਾ ਸ਼ੂਜ਼ ਦਾ ਭਰਿਆ ਹੋਇਆ, ਇਹ ਤਾਂ ਨਹੀਂ ਆਉਂਦੇ ਫਿਰ ਪੂਰੇ ਡਬਲ ਡਬਲ ਮਾਰਨੇ ਪੈ ਰਹੇ। ਇਹਨੂੰ ਕਰਤਾ ਆਪਾਂ ਸਾਈਡ ਤੇ ਪਲਾਂਟ, ਇਹ ਆਊਗਾ ਹੁਣ ਖੇਤੀ ਇੱਥੇ। ਹਾਈਵੇ ਨਿਕਲ ਗਿਆ ਸਾਡੇ ਪਲਾਂਟ ਅਤੇ ਜ਼ਮੀਨ 'ਚ। ਆਹੀ ਨਾ ਗੱਲ ਅਸਲੀ, ਹੁਣ ਜਿਹੜਾ ਉਹ ਬਣਨਾ ਹੈ ਖੋਰ ਉੱਤੇ ਉਹਦਾ ਜਾਂ ਦੂਜੀ ਜਾ ਇੱਕ ਇਹਦੇ ਉੱਤੇ ਰੱਖਿਆ ਜਾਂਦਾ ਜਾਂ ਇੱਧਰ ਕਰਕੇ ਸਾਈਡ 'ਤੇ ਉੱਤੇ ਆਊਗਾ। ਆਈ ਥਿੰਕ ਸਾਈਡ 'ਤੇ ਸਹੀ ਆ, ਆਣੇ ਦੇਖ ਲੈਣਾ ਉੱਤੇ ਆਊਗਾ ਜ਼ਿਆਦਾ ਵਧੀਆ। ਆਪਾਂ ਸਮਾਨ ਹੋਰ ਬਹੁਤ ਰੱਖ ਲਾਂਗੇ ਹੁਣ ਕੱਢਿਆ। ਹੁਣ ਆਹ ਮੇਨ ਚੀਜ਼ਾਂ ਖੋਲੋ ਬੋਤਲਾਂ। ਇਹਨਾਂ ਦੀ ਡੇਂਜਰ ਹੈ ਇਹਦੇ ਲਈ। ਆ ਵੀ ਪੜਦੇ ਜਿਹੜੇ ਉਦਣ ਲਿਆਂਦੇ ਸੀ ਅਸੀਂ ਫਿੱਟ ਕਰਤੇ ਆਪੇ, ਕਿੰਨੀ ਸੋਹਣੀ ਫਿਟਿੰਗ ਤੇ ਕਿੰਨੀ ਸੋਹਣੀ ਲੁੱਕ ਆਈ ਇਹਨਾਂ ਦੀ, ਹਨਾ ਬਾਈ ਘੈਂਟ ਆਈ ਆ ਨਾ ਪੂਰੀ। ਤੇ ਅਸੀਂ ਬਹੁਤ ਕੰਮ ਤਾਂ ਆਪਣੇ ਆਪ ਹੀ ਕਰ ਲੈਂਦੇ ਹਾਂ। ਉਦਣ ਦੇਖਿਆ ਸਾਹਮਣੇ ਵਾਲਿਆਂ ਨੇ ਬਾਹਰ ਬੰਦੇ ਬੁਲਾਏ ਸੀ ਇਹੋ ਜਿਹੀਆਂ ਚੀਜ਼ਾਂ ਫਿੱਟ ਕਰਾਉਣ ਲਈ, ਆਪਾਂ ਆਪ ਕਰ ਲਿਆ। ਥੋੜ੍ਹੀ ਜਿਹੀ ਮਿਸਟੇਕ ਹੋ ਗਈ ਸੀ, ਆਹ ਪਰਲੀ ਸਾਈਡ ਆਉਣਾ ਸੀ ਐਂ। ਹੁਣ ਬਾਈ ਖੋਲ੍ਹ ਕੇ ਦੁਬਾਰਾ ਫਿੱਟ ਕਰੂਗਾ। ਘਰ ਦੇ ਵਿੱਚ ਕੂਲਿੰਗ ਬਹੁਤ ਹੁੰਦੀ ਹੈ। ਇਹ ਸਾਡਾ ਫੋਨ ਆ, ਜਿੱਥੇ ਮਰਜ਼ੀ ਕਾਲ ਕਰ ਲਓ, ਜਿੱਥੇ ਮਰਜ਼ੀ ਨਾਸਾ 'ਚ ਵੀ ਚੱਲ, ਕਿਹੜਾ ਲੱਗਣਾ ਇਹ ਤੋਂ। ਹੁਣ ਦੇਖ ਜੱਟਾ ਬਹਿ ਕੇ ਹੁਣ ਆਈ ਸਿੱਧੀ, ਨਹੀਂ ਤਾਂ ਸਾਨੂੰ ਲੱਤਾਂ ਘੁਮਾਉਣੀਆਂ ਪੈਣੀਆਂ ਸੀ ਪਤੰਦਰ। ਠੀਕ ਆ ਇਹਨੂੰ ਇਗਨੋਰ ਕਰੋ, ਥੋੜਾ ਗੰਦਾ ਲੱਗਦਾ ਕਿਉਂਕਿ ਅਜੇ ਸੈੱਟ ਨਹੀਂ ਕੀਤਾ ਸੀ। ਹੁਣ ਇੱਥੇ ਹੀ ਹੋਊਗਾ ਸਾਰਾ ਕੁਛ। ਇਹਨੂੰ ਵੀ ਸਾਈਡ ਤੋਂ ਆਪ ਉੱਧਰ ਕਰਕੇ ਆ ਬਾਕਸ ਹੈ।
ਇਹ ਲਾਉਣਾ ਮਿੰਟ ਬੰਦੇ ਨੇ ਦੇਖੀ ਇਹਨਾਂ ਨੂੰ ਤੋੜੇਗਾ ਆਹ ਤਾਂ ਕੰਮ ਦੀ ਆ ਟਰਾਲੀ ਯਾਰ ਆਪਣੇ ਬਹੁਤ ਦੂ ਕੰਧ ਨਾ ਖਰਾਬ ਕਰਦੀ ਬਸ ਹਾਂ ਬਈ ਇੰਸਟਾਲੇਸ਼ਨ ਹੋ ਗਈ ਇੰਸਟਾਲੇਸ਼ਨ ਹੋ ਗਈ ਬੈੱਡ ਬਣ ਗਿਆ ਪੂਰੀ ਤੇ ਮਿਲਿਆ ਨੀ ਤਾਂ ਕਰਕੇ ਡਿਫਰੈਂਟ ਡਿਫਰੈਂਟ ਆ ਬਾਕੀ ਘੈਂਟ ਬਣ ਗਈ ਗੱਲ ਬੈੱਡ ਅੱਛਾ ਇਹ ਬੈੱਡ ਤੇ ਗੱਦਾ ਲੱਗ ਗਿਆ ਗੱਲ ਕਹਾਣੀ ਖਤਮ ਹੁਣ ਓਕੇ ਆ ਏਰੀਆ ਸਪੇਸ ਆ ਥੋੜ੍ਹੀ ਪੂਰੀ ਮਤਲਬ ਇਹ ਇੱਥੇ ਜਿਵੇਂ ਆਪਣੇ ਇੰਡੀਆ 'ਚ ਬਣਦੇ ਆ ਬੈੱਡ ਸ਼ੈੱਡ ਐਨ ਵਧੀਆ ਘੈਂਟ ਧੂੰਆਂ ਛੂਆਂ ਲਾ ਕੇ ਹਾਂ ਖਤਮ ਕਹਾਣੀ ਛੱਡ ਕੇ ਵੀ ਤੁਰਨਾ ਹੁੰਦਾ ਆਪਾਂ ਹੈ ਕਿ ਨਹੀਂ ਜੇ ਆਪਾਂ ਪੰਜ ਛੇ ਮਹੀਨੇ ਵੀ ਯੂਜ਼ ਕਰ ਲਏ ਆਪਣਾ ਪੈਸਾ ਵਸੂਲ ਪੰਜ ਛੇ ਮਹੀਨੇ ਆਪਣੇ ਨਾਲ ਹੀ ਰਹਿਣਾ ਜਦ ਤੱਕ ਇੱਥੇ ਆ ਹਾਂ ਬਹੁਤ ਟਾਈਮ ਕੱਢੇ ਜਾਂਦੇ ਆ ਅਗਲੇ ਵਲੌਗ ਬਾਈ ਸਾਡੀਆਂ ਵੀਡੀਓਜ਼ ਨੂੰ ਸਾਡੇ ਚੈਨਲ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।